ਜ਼ਿਲ੍ਹਾ ਜਲੰਧਰ ਦੇ ਪਿੰਡ ਫਲਪੋਤਾ ਵਿਖੇ ਵਿਸ਼ਵ ਰਤਨ ਬਾਬਾ ਸਾਹਿਬ ਭੀਮ ਰਾਓ ਡਾਕਟਰ ਅੰਬੇਡਕਰ ਜੀ ਦੇ 130ਵੇਂ ਜਨਮ ਦਿਨ ਤੇ ਸਮਾਗਮ ਕੀਤਾ ਗਿਆ। ਇਸ ਮੌਕੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿਖੇ ਰੱਖੇ ਗਏ ਸਮਾਗਮ ਦੌਰਾਨ ਪਿੰਡ ਵਾਸੀਆਂ ਵੱਲੋਂ ਬੜੇ ਅਦਬ ਸਤਿਕਾਰ ਨਾਲ ਬਾਬਾ ਸਾਹਿਬ ਦੀ ਤਸਵੀਰ ਅੱਗੇ ਫੁੱਲ ਅਰਪਿਤ ਕੀਤੇ ਅਤੇ ਉਹਨਾਂ ਦੇ ਦੱਸੇ ਮਾਰਗ ਤੇ ਚੱਲਣ ਦਾ ਪ੍ਰਣ ਲਿਆ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਸੰਗਤ ਨੂੰ ਬਾਬਾ ਸਾਹਿਬ ਦੇ ਜਨਮ ਦਿਨ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਬਾਬਾ ਸਾਹਿਬ ਵੱਲੋਂ ਦਿੱਤੇ ਅਧਿਕਾਰਾਂ ਦੀ ਅਸੀਂ ਚਰਚਾ ਤਾਂ ਕਰ ਰਹੇ ਹਾਂ, ਪਰ ਮਨੁੱਖਵਾਦੀ ਸਰਕਾਰਾਂ ਬੜੇ ਤਰੀਕੇ ਨਾਲ ਸਾਡੇ ਕੋਲੋਂ ਵਿੱਦਿਆ, ਸਿਹਤ ਸਹੂਲਤਾਂ, ਰੁਜ਼ਗਾਰ ਅਤੇ ਮਾਣ ਸਨਮਾਨ ਖੋ ਰਹੀਆਂ ਹਨ, ਜਿਸ ਕਰਕੇ ਅਸੀਂ ਆਪਣੇ ਬੱਚਿਆਂ ਨੂੰ ਮਹਿੰਗੀ ਵਿੱਦਿਆ ਅਤੇ ਮਹਿੰਗਾ ਇਲਾਜ ਕਰਵਾਉਣ ਲਈ ਮਜਬੂਰ ਅਤੇ ਬੇਰੁਜ਼ਗਾਰੀ ਕਾਰਨ ਮਹਿੰਗਾਈ ਦੀ ਭੱਠੀ ਵਿੱਚ ਗਰਕਦੇ ਜਾ ਰਹੇ ਹਾਂ। ਇਸ ਲਈ ਬਾਬਾ ਸਾਹਿਬ ਵੱਲੋਂ ਦਿੱਤੇ ਅਧਿਕਾਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਅੱਗੇ ਆਉਣਾ ਪਵੇਗਾ। ਇਸ ਮੌਕੇ ਵੱਡੇ ਪੱਧਰ 'ਤੇ ਪਿੰਡ ਵਾਸੀ ਮੌਜੂਦ ਸਨ। ਜੈ ਗੁਰਦੇਵ, ਧੰਨ ਗੁਰਦੇਵ, ਜੈ ਭੀਮ, ਜੈ ਭਾਰਤ। ਅੱਜ ਬਹੁਤ ਹੀ ਅੱਜ ਦਾ ਜਿਹੜਾ ਮਹਾਨ ਦਿਨ ਹੈ 14 ਅਪ੍ਰੈਲ, ਅੱਜ ਦੇ ਦਿਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਜੀ ਇਸ ਦੁਨੀਆਂ ਦੇ ਉੱਤੇ ਆ ਕੇ ਦੱਬੇ ਕੁਚਲੇ ਲੋਕਾਂ ਦੀ ਗੱਲ ਨੂੰ ਜਿਹੜਾ ਉਹ ਦੁਨੀਆਂ ਦੇ ਵਿੱਚ ਪਹੁੰਚਾਇਆ, ਔਰ ਭਾਰਤ ਦੇ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਨੇ ਸੰਵਿਧਾਨ ਲਾਗੂ ਕੀਤਾ, ਜਿਹਦੇ ਵਿੱਚ ਹੱਕ ਹਕੂਕ ਇਹਨਾਂ ਗਰੀਬ ਲੋਕਾਂ ਨੂੰ ਦੱਬੇ ਔਰ ਕੁਚਲੇ ਲੋਕਾਂ ਦੇ ਲਈ ਆਪਣੀ ਹੱਕ ਦੀ ਆਵਾਜ਼ ਦੇ ਲਈ ਉਹਨਾਂ ਨੇ ਕਾਨੂੰਨ ਜਿਹੜੇ ਫਿੱਟ ਕੀਤੇ। ਤੋ ਅੱਜ ਦਾ ਦਿਨ ਜਿਹੜਾ ਸਾਡੇ ਲਈ ਮਹਾਨ ਸੀ, ਇਸ ਕਰਕੇ ਅੱਜ ਗੁਰੂ ਰਵਿਦਾਸ ਮੰਦਿਰ ਪਿੰਡ ਫਲਪੋਤਾ ਵਿੱਚ ਪ੍ਰਬੰਧਕ ਕਮੇਟੀ ਵੱਲੋਂ, NRI ਵੀਰਾਂ ਵੱਲੋਂ ਅੱਜ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਦਾ ਜਨਮ ਦਿਨ ਮਨਾਇਆ ਗਿਆ, ਔਰ ਉਹਨਾਂ ਦੇ ਵਿਚਾਰ ਜਿਹੜੇ ਆ ਸੰਗਤਾਂ ਨੂੰ ਦੱਸੇ ਗਏ, ਜਿਹਦੇ ਵਿੱਚ ਨਿਰਮਲ ਗੁੜਾ ਜੀ ਨੇ ਮੁੱਖ ਮਹਿਮਾਨ ਤੌਰ 'ਤੇ ਆ ਕੇ ਆਪਣੇ ਵਿਚਾਰ ਜਿਹੜੇ ਬਾਬਾ ਸਾਹਿਬ ਕੀ ਕਹਿ ਕੇ ਗਏ, ਗੁਰੂ ਰਵਿਦਾਸ ਜੀ ਕੀ ਕਹਿ ਕੇ ਗਏ ਆ, ਉਹਨਾਂ 'ਤੇ ਚਾਨਣਾ ਪਾਇਆ। ਔਰ ਅੱਜ ਦੇ ਮਹਾਨ ਦਿਨ ਦੇ ਉੱਤੇ ਸਾਰੀਆਂ ਸੰਗਤਾਂ ਅਸੀਂ ਇਕੱਠੇ ਹੋਏ ਹਾਂ, ਔਰ ਵਿਦੇਸ਼ਾਂ ਤੋਂ ਵੀ ਸਾਡੇ ਗੁਰਦਿਆਲ ਸੁਮਨ ਜੀ, ਗੋਰਾ ਸੁਮਨ ਜੀ, ਉਸ ਪਰਿਵਾਰ ਸਮੇਤ ਆ ਕੇ ਉਹਨਾਂ ਨੇ ਅੱਜ ਇੱਥੇ ਗੁਰੂ ਰਵਿਦਾਸ ਮੰਦਰ ਵਿੱਚ ਪਹੁੰਚ ਕੇ ਜਨਮ ਦਿਨ ਮਨਾਇਆ। ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ, ਔਰ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਦੇ ਮੈਂਬਰ ਚੇਅਰਮੈਨ ਸਾਡੇ ਬਹੁਤ ਹੀ ਸਤਿਕਾਰਯੋਗ ਰਾਮ ਨਾਰਾਇਣ ਜੀ, ਔਰ ਖਜ਼ਾਨਚੀ ਸਾਡੇ ਸੁਲੱਖਣ ਸਿੰਘ ਜੀ, ਔਰ ਸਾਡੇ ਸੇਵਾਦਾਰ ਗੁਰਦਿਆਲ ਫੌਜੀ ਜੀ, ਤੋਂ ਇਸੇ ਤਰ੍ਹਾਂ ਪਰਮਿੰਦਰ ਜੀ ਅਤੇ ਜੀਵਨ ਜੀ ਅਤੇ ਸੁਖਵਿੰਦਰ ਲਾਲੀ ਜੀ, ਪਵਨ ਕੁਮਾਰ ਜੀ, ਔਰ ਸਾਰਿਆਂ ਨੇ ਵੱਡੀ ਹਾਜ਼ਰੀ ਲਾਈ ਆ, ਰਾਜਨ ਜੀ ਅਤੇ ਇਹਨਾਂ ਸਾਰਿਆਂ ਨੇ ਹਾਜ਼ਰੀ ਲਾਈ ਆ, ਮਾਤਾਵਾਂ ਭੈਣਾਂ ਵੀ ਵੱਡੀ ਪੱਧਰ ਦੇ ਵਿੱਚ ਇਕੱਠੀਆਂ ਹੋਈਆਂ, ਔਰ ਸਾਡੇ ਬਹੁਤ ਹੀ ਸਤਿਕਾਰਯੋਗ ਰਾਣਾ ਜੀ ਸਾਬਕਾ ਪੰਚ, ਉਹ ਵੀ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਹਾਜ਼ਰੀ ਲਾ ਕੇ ਗਏ ਆ। ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਬੀਬੀਆਂ ਬਹੁਤ ਵੱਡੀ ਪੱਧਰ ਦੇ ਉੱਤੇ ਆ ਕੇ ਬਾਬਾ ਸਾਹਿਬ ਦੀ ਗੱਲ ਸੁਣਨ ਵਾਸਤੇ ਗੁਰੂ ਰਵਿਦਾਸ ਮੰਦਿਰ ਵਿੱਚ ਆਈਆਂ, ਔਰ ਅੱਜ ਦੇ ਮਹਾਨ ਦਿਨ ਨੂੰ ਯਾਦ ਕੀਤਾ ਗਿਆ, ਬਾਬਾ ਸਾਹਿਬ ਨੂੰ ਯਾਦ ਕੀਤਾ ਗਿਆ। ਤੋ ਫਿਰ ਮੇਰੇ ਵੱਲੋਂ ਅੱਜ ਦੇ ਮਹਾਨ ਦਿਨ ਦੇ ਉੱਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਨੂੰ ਯਾਦ ਕਰਦਿਆਂ ਸਭ ਸੰਗਤਾਂ ਨੂੰ ਮੁਬਾਰਕਬਾਦ ਜੀ। ਜੈ ਭੀਮ, ਜੈ ਭਾਰਤ, ਜੈ ਗੁਰਦੇਵ, ਧੰਨ ਗੁਰਦੇਵ ਜੀ। ਜਿਹੜਾ ਨੀਲਾ ਆਪਾਂ ਪਾਸਪੋਰਟ ਲੈਂਦੇ ਹਾਂ, ਉਹ ਪਾਸਪੋਰਟ ਨੀਲਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਬਦੌਲਤ ਮਿਲਿਆ ਹੈ। ਤੋ ਕੋਈ ਦੁਬਈ ਜਾਂਦਾ, ਕੋਈ ਇਟਲੀ ਜਾਂਦਾ, ਕੋਈ ਇੰਗਲੈਂਡ ਜਾਂਦਾ, ਕੋਈ ਅਮਰੀਕਾ ਜਾਂਦਾ, ਕਿਉਂਕਿ ਇਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਦੇਣ ਆ, ਕਿਸੇ ਹੋਰ ਦੀ ਦੇਣ ਨਹੀਂ, ਕਿਸੇ ਸਰਕਾਰਾਂ ਦੀ ਦੇਣ ਨਹੀਂ ਹੈਗੀ। ਇਹ ਬਾਬਾ ਸਾਹਿਬ ਡਾਕਟਰ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਪਹਿਲਾਂ ਮੇਰੇ ਵੱਲੋਂ ਜੈ ਭੀਮ, ਜੈ ਭਾਰਤ। ਸਾਰੀਆਂ ਹੀ ਸੰਗਤਾਂ ਨੂੰ ਮੈਂ ਅੱਜ 130ਵੇਂ ਜਨਮ ਦਿਹਾੜਾ ਜੋ ਆਪਾਂ ਮਨਾ ਰਹੇ ਹਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਦਾ, ਉੱਥੇ ਸਾਰਿਆਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ, ਜਿੱਥੇ ਅਸੀਂ ਉਹਨਾਂ ਨੂੰ ਯਾਦ ਕਰਕੇ ਅੱਜ ਇਹ ਵਧਾਈਆਂ ਦੇ ਪਾਤਰ ਬਣ ਰਹੇ ਹਾਂ। ਉੱਥੇ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਕਿ ਪਤਾ ਕੀ ਕਹਿਣਾ, ਉਹਦੀ ਲੈ ਕੇ ਆਈ ਜਾਣਾ। ਤੋ ਬਾਬਾ ਸਾਹਿਬ ਮੇਰੇ ਵੱਲੋਂ ਮੇਰੇ ਸੁਭ ਪਰਿਵਾਰ ਨੂੰ, ਬਾਬਾ ਸਾਹਿਬ ਜੀ ਦੇ ਜਨਮ ਦਿਨ 'ਤੇ ਸਾਰਿਆਂ ਨੂੰ ਜਾਣ ਕੇ ਵਧਾਈ। ਅਤੇ ਅੱਜ ਮੈਂ ਅਤੇ ਸਾਡਾ ਪਰਿਵਾਰ ਬਹੁਤ ਅਸੀਂ ਖੁਸ਼ੀ ਮਹਿਸੂਸ ਕਰ ਰਹੇ ਹਾਂ। ਬੇਨਜ਼ਰ ਹੋਣ ਤੋਂ ਬਾਅਦ ਜਿਹੜੇ ਸਾਡੇ ਸਾਡੇ ਗਏ ਉਹ ਕਲਾ ਕਾਇਮ ਆ, ਸਾਰੇ ਰਿਸ਼ਤੇਦਾਰ ਮਿਲੇ ਹੋਏ ਆ, ਅਤੇ ਅਸੀਂ ਉੱਧਰ ਪੂਰਾ ਸਰਕਾਰ ਦਾ ਪੈ ਰਹੇ ਹਾਂ, ਕਿਉਂਕਿ ਇਹ ਸੰਗਠਨ ਦੀ ਗੱਲ ਹੈ ਵਿਦਿਆਰਥੀ ਮੰਡੀ ਕਰਕੇ ਗਿਆ ਸੀ। ਅੱਜ ਉੱਧਰ ਬਦਲਦੀਆਂ ਦੇ ਮੀਟਿੰਗ ਚੱਲ ਰਹੇ ਆ, ਅੱਜ 10-12 ਸਾਲਾਂ ਵਧਾ ਕੇ ਗੁਰੂ ਘਰ ਦੇ ਵਿੱਚ ਇਹਨਾਂ ਨੂੰ ਜਿਹੜਾ ਗੱਲ ਕਰਨ ਦਾ ਮੌਕਾ ਮਿਲਿਆ, ਵਧੀਆ ਬੁਲਾਰੇ ਨੇ। ਬਾਹਰ ਵੀ ਜਿਹੜਾ ਆਪਣੇ ਇੰਗਲੈਂਡ ਦੇ ਵਿੱਚ, ਉੱਥੇ ਵੀ ਆਪਣੀ ਇਹ ਗੱਲ ਰੱਖਦੇ ਰਹਿੰਦੇ ਆ। ਇਹਨਾਂ ਦਾ, ਇਹਨਾਂ ਦੇ ਪਰਿਵਾਰ ਦਾ, ਇਹਨਾਂ ਦੇ ਬੱਚਿਆਂ ਦਾ ਮੈਂ ਬਹੁਤ ਧੰਨਵਾਦ ਕਰਦਾ। ਅਤੇ
ਮਿਲਿਆ ਭਾਰਤ ਇਸ ਮੌਕੇ ਉੱਤੇ ਤੁਹਾਨੂੰ ਸਭ ਨੂੰ ਲੱਖ ਲੱਖ ਮੁਬਾਰਕਾਂ ਹੋਣ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਨ ਦੇ ਉੱਤੇ ਸਭਨਾਂ ਨੂੰ ਲੱਖ ਲੱਖ ਮੁਬਾਰਕਾਂ ਜੈ ਭੀਮ ਜੈ ਭਾਰਤ ਜੈ ਗੁਰਦੇਵ ਧੰਨ ਗੁਰਦੇਵ ਉਹਨਾਂ ਨੇ ਸਾਨੂੰ ਬਰਾਬਰ ਦੇ ਹੱਕ ਲੈ ਕੇ ਦਿੱਤੇ ਅਤੇ ਸਾਨੂੰ ਆਪਣੇ ਹੱਕਾਂ 'ਤੇ ਆ ਕੇ ਉੱਠਣਾ ਹੀ ਪੈਣਾ ਹੈ ਜਿੰਨਾ ਵੀ ਹੋ ਸਕੇ ਜ਼ੋਰ ਲਗਾ ਕੇ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਓ ਨਰਮਲ ਖੁੜਾ ਜੀ ਨੇ ਬੜੀ ਬਰੀਕੀਆਂ ਦੇ ਨਾਲ ਸਾਨੂੰ ਸਾਰਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਇਸ ਤਰ੍ਹਾਂ ਅਸੀਂ ਜਿਹੜਾ ਪਹਿਰਾ ਜੀ ਦੇ ਰਹੇ ਬਾਬਾ ਸਾਹਿਬ ਜਨਮ ਲੈ ਕੇ ਦੁਨੀਆਂ ਤੋਂ ਚਲੇ ਗਏ ਗੁਰੂ ਰਵਿਦਾਸ ਜੀ ਜਨਮ ਲੈ ਕੇ ਦੁਨੀਆਂ ਤੋਂ ਚਲੇ ਗਏ ਪਰ ਅਸੀਂ ਉਸ ਗੱਲ ਨੂੰ ਢੋਲਕੀਆਂ ਬਾਜਾਂ ਦੇ ਨਾਲੇ ਗਾਈ ਜਾਂਦੇ ਹਾਂ